कलयुग नानक नाम सुखाला, बड़ा सौखा है जपना। सत नाम वाहे गुरु, सत नाम वाहे गुरु, जपो सत नाम वाहे गुरु, सत नाम वाहे गुरु, 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 वाहे गुरु। राम सिमर पछताहेगा मन, हर मन नूं कह रहे हन, सुख सारिआं दे कोल मन हन। तन ते इत्थे रहि जाणा है, मन ने चले जाणा है। तैनूं मन नूं बहुता समझाया है कि मन मेरिआ तूं सदा रहो हर नाले। तूं राम जपिआ कर, तूं वाहिगुरू जपिआ कर, तूं सत नाम जपिआ कर, तूं सिद्धे राह तुरिआ कर, इदां ना चलिआ कर, कर्म ना करिया कर, ओ काम ना करिया कर जिहदे नाल तैनूं दुख भोगना पवे। ऐसा कम, ऐसा कम, ओ काम कदी ना करो जिहदा फल आप नूं पाउणा पवे। ऐसा कम मोले ना कीते, ऐसा कम मोले कदी ना करो। सोचो कहने मैं करन ते लगा, आ गल ते मैं कहन लगा, जे मेरे सामने आ गई मेरे नाल की बीतेगी। निंदिया तों दूर रहना है, चुप कर जाना, नहीं ते जो बीज बीजिया गया उन्हों दाने लगने ही लगने। बीज ताई तो बीजिया सी पर इन्ने दाने हाथ विच आ गए। और छली दा दाना ते एक सी पर आ तुक्का आ बॉडी इन्हों किन्ने ही दाने लग गए। उदा फल जिहड़ा सी मिलन लग पिया, लाइफ दे विच दुख सामने आउण लग पिया। ते महाराज कहिंदे हन, सोच के बोलो, सोच के गल करो, जिन्ना हो सके जीव नूं वेला ना रहण दिओ, इहनूं लाई रख्या करो कम वल। ते कम किहड़ा है? वाहिगुरु, 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 वाहिगुरु। जरूरी गल्लां वास्ते बोलो, जरूरी कम्मां कारां वास्ते बोलो। जदों विच स्पेस मिलदा है ते इह जीभा जपण लग पवे, सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु, 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 वाहिगुरु। लालच लागे जन्म गवाया, लब लोभ जे पूर कमावे, अपना किता आपे पावे। लालच लागे जन्म गवाया, लालचन दे वस पै के जिन बंदा किसी दे वस पै जांदा है, कह भी चाहीदा है की करिए। फलाना फलाने दे वस पिया होया है, छुटना बहुत औखा है। मन भी जड़ा है ये भी लालच दे वस पै जांदा है, ग्रीडी बन जांदा है, लालची बन जांदा है, लोभी बन जांदा है। सतगुरु के हुक्म करते हैं, लोभी का कभी विसा न करो। लोभी का वैसा हो न कीचै, कभी भी लोभी का, ग्रीडी का, लालची का भरोसा न करो, विसा न करो। लोभी का वैसा हो न कीचै, अपने मालिक के नाल जुड़े रहो। वाहिगुरु, 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 वाहिगुरु। ते
मन नूं कहिंदे रहो, की कहिंदे रहो मन नूं, हो जाता है, दुख खत्म हो जाता है।
ਸ਼ਬਦ ਆ ਗੁਰਬਾਣੀ ਤੇ ਮਹਾਰਾਜ ਕਹਿੰਦੇ ਹਨ ਸੁਣ ਲਓ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਦੁੱਖ ਹੋ ਜਾਂਦੇ ਨੇ ਪਾਪ ਬੰਦੇ ਕੋਲੋਂ ਉਹਨਾਂ ਦਾ ਵੀ ਨਾਸ ਹੋ ਜਾਂਦਾ ਹੈ ਸੁਣੇ ਦੁੱਖ ਪਾਪ ਕਾ ਨਾਸ ਸਾਰੀਆਂ ਪੌੜੀਆਂ ਪੜੋ ਸੁਣੇ ਸਤ ਸੰਤੋਖ ਗਿਆਨ ਅੱਜ ਬਾਣੀ ਸੱਚ ਬੋਲਣ ਲੱਗ ਪੈਂਦੀ ਹੈ ਜੇ ਗੁਰਦੁਆਰਾ ਸਾਹਿਬ ਆਉਣ ਲੱਗ ਪਓ ਜੇ ਮਹਾਰਾਜ ਨਾਲ ਅਟੈਚ ਹੋਣ ਲੱਗ ਪਓ ਫਿਰ ਇਹਦਾ ਜਬਾਨ ਬੋਲਦੀ ਨਹੀਂ ਝੂਠ ਹੋਣੇ ਤੇ ਮੈਂ ਗੁਰੂ ਘਰ ਤੋਂ ਆਇਆ ਨਹੀਂ ਬੋਲਿਆ ਜਾਂਦਾ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੰਤੋਖ ਆ ਜਾਂਦਾ ਹੈ ਜਿੱਥੇ ਰੱਬ ਰੱਖਦਾ ਹੈ ਜੋ ਦੇ ਰਿਹਾ ਹੈ ਬਸ ਉਹਦੇ ਵਿੱਚ ਹੀ ਸ਼ੁਕਰ ਹੈ ਉਹਨੂੰ ਕਹਿੰਦੇ ਨੇ ਸੰਤੋਖ ਗਿਆਨ ਆਉਣ ਲੱਗ ਪੈਂਦਾ ਹੈ ਕੀ ਚੰਗਾ ਹੈ ਅੱਗ ਹੈ ਇਹਨੂੰ ਮੈਂ ਹੱਥ ਲਾਵਾਂਗਾ ਮੇਰਾ ਹੱਥ ਸੜ ਜਾਏਗਾ ਇਹ ਸਰਪ ਹੈ ਸਨੇਕ ਹੈ ਸੱਪ ਹੈ ਜੇ ਮੈਂ ਨੇੜੇ ਜਾਵਾਂਗਾ ਡੰਗ ਮਾਰ ਸਕਦਾ ਹੈ ਡੰਗ ਵੀ ਨਾ ਮਾਰੇ ਤੇ ਫੋਕ ਮਾਰ ਸਕਦਾ ਹੈ ਮੈਂ ਭੈੜੇ ਬੰਦੇ ਦੇ ਨਾਲ ਬੈਠਾਂਗਾ ਇਹਨੇ ਕੋਈ ਨਾ ਕੋਈ ਮੈਨੂੰ ਬੁਰੇ ਰਾਹ ਪਾ ਦਿੰਦਾ ਹੈ ਪਰੇ ਹੋ ਜਾਂਦਾ ਗਿਆਨ ਆ ਜਾਂਦਾ ਸੰਗਤ ਨਹੀਂ ਕਰਦਾ ਉਹਦੀ ਕੰਪਨੀ ਨਹੀਂ ਕਰਦਾ ਉਹਨਾਂ ਦੀ ਕੰਪਨੀ ਕਰਦਾ ਹੈ ਜਿਹੜੇ ਮਾਲਕ ਨਾਲ ਜੋੜਦੇ ਹਨ ਤੇ ਸਹੀ ਟਰੈਕ ਤੇ ਚੱਲਦੇ ਹਨ ਵਾਹਿਗੁਰੂ ਵਾਹਿਗੁਰੂ ਕਰਦੇ ਦੀਆਂ ਗੱਲਾਂ ਕਰਦੇ ਹਨ ਪਰ ਚੰਗੀਆਂ ਗੱਲੀ ਅਸੀਂ ਚੰਗੀਆਂ ਦੁਨੀਆਂ ਦੀ ਹਾਲਤ ਹੈ ਗੱਲਾਂ ਨੂੰ ਅਸੀਂ ਚੰਗੇ ਹਾਂ ਆਚਾਰੀ ਬੁਰੀਆਂ ਆਚਾਰ ਕਹਿੰਦੇ ਨੇ ਜੋ ਰੋਜ਼ ਦਾ ਜੀਵਨ ਹੈ ਲਾਈਫ ਹੈ ਕੈਰੈਕਟਰ ਹੈ ਉਹਦੇ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੈਲੰਡਰ ਘਰਾਂ 'ਚ ਲੱਗੇ ਹੁੰਦੇ ਨੇ ਉਹਦੇ ਥੱਲੇ ਛੱਪਿਆ ਹੁੰਦਾ ਹੈ ਗੱਲੀ ਅਸੀਂ ਚੰਗੀਆਂ ਗੱਲਾਂ ਨੂੰ ਤੇ ਬੜੇ ਚੰਗੇ ਹਾਂ ਆਚਾਰੀ ਬੁਰੀਆਂ ਪਰ ਆਚਾਰ ਤੋਂ ਕਰੈਕਟਰ ਤੋਂ ਬਹੁਤ ਬੁਰੇ ਹਾਂ ਮਹਾਰਾਜ ਕਹਿੰਦੇ ਨੇ ਉਹਨੂੰ ਠੀਕ ਕਰੋ ਤਾਂ ਮਨ ਸ਼ਾਂਤ ਹੋਵੇਗਾ ਤੇ ਉਹ ਤਾਂ ਹੋਵੇਗਾ ਜੇ ਜਪਦੇ ਰਹਾਂਗੇ ਵਾਹਿਗੁਰੂ 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 ਰੱਜ ਕੇ ਪਾਪ ਕਰਦਾ ਕੌਣ ਮਨ ਔਰ ਮਾਈਂਡ ਇਜ਼ ਆਰਗਨਾਈਜ਼ਰ ਆਫ ਦਾ ਬੋਡੀ ਐਟ ਦਾ ਸੇਮ ਟਾਈਮ ਵਟ ਐਵਰ ਮਾਈਂਡ ਟੈਲਸ ਦਾ ਬੋਡੀ ਬੋਡੀ ਟੈਲਸ ਦਾ ਸੇਮ ਐਸ ਮਾਈਂਡ ਡਿਸਾਈਡਡ ਜਿਵੇਂ ਮਨ ਕਹਿੰਦਾ ਉਂਝ ਅੱਖਾਂ ਕਰਦੀਆਂ ਨੇ ਜਿਵੇਂ ਮਨ ਕਹਿੰਦਾ ਉਂਝ ਕੰਨ ਸੁਣਦੇ ਨੇ ਜਿਵੇਂ ਮਨ ਕਹਿੰਦਾ ਉਵੇਂ ਹੱਥ ਕਰਦੇ ਨੇ ਜਿਵੇਂ ਮਨ ਕਹਿੰਦਾ ਉਧਰ ਪੈਰ ਜਾਂਦੇ ਨੇ ਡਿਸਾਈਡ ਕਰਦਾ ਹੈ ਮਨ ਕੋਈ ਉਹ ਬੰਦੇ ਦੇ ਕੰਨ ਨੱਕ ਅੱਖਾਂ ਸਾਰਿਆਂ ਕੋਲ ਵੱਖਰੀ ਵੱਖਰੀ ਤਾਕਤ ਹੈ ਅੱਖੀਂ ਵੇਖ ਨਰਕੀਆਂ ਆ ਜਿਹੜਾ ਤਮਾਸ਼ਾ ਹੈ ਦੁਨੀਆਂ ਦਾ ਅੱਖੀਂ ਵੇਖ ਨਰਕੀਆਂ
ਜਿੰਨਾ ਚਿਰ ਜਿਉਂਦੇ ਹਾਂ ਇਹ ਅੱਖਾਂ ਨਹੀਂ ਰੱਜਦੀਆਂ। ਜਿਵੇਂ ਭੁੱਖਾ ਬੰਦਾ ਜਦੋਂ ਖਾਣ ਲੱਗਦਾ ਹੈ ਨਹੀਂ ਰੱਜਦਾ, ਤਿਵੇਂ ਅੱਖੀਂ ਦੇਖ ਨਾ ਰੱਜੀਆਂ। ਬਹੁ ਰੰਗ ਤਮਾਸ਼ੇ ਆ ਦੁਨੀਆਂ ਦੇ ਤਮਾਸ਼ੇ। ਆ ਜਿਹੜੀ ਚਾਰ ਦਿਨ ਦੀ ਜ਼ਿੰਦਗੀ ਹੈ, ਸੌ ਕੁ ਸਾਲ ਦਾ ਮੇਲਾ ਹੈ। ਦਾਸ ਐਕਸਪਲੇਨ ਤਾਂ ਕਰ ਦਿੰਦਾ ਹੈ ਚਾਰ ਦਿਨ ਕਿਹੜੇ ਨੇ, ਆ ਜਿਹੜਾ ਸੌ ਕੁ ਸਾਲ ਹੈ ਅਬਾਊਟ। ਕਦੀ ਵੱਧ ਜਾਂਦਾ ਹੈ, ਕਦੀ ਘੱਟ ਜਾਂਦਾ ਹੈ। ਨਾਨਕ ਦੁਨੀਆ ਚਾਰ ਦਿਹਾੜੇ, ਸੁੱਖ ਨੇ ਇਕੱਠੇ। ਬੱਚਿਆਂ ਦੇ ਵਿਆਹ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ, ਮਹਿਲ ਬਣਾ ਲਓ, ਘਰ ਬਣਾ ਲਓ, ਜ਼ਮੀਨਾਂ ਖਰੀਦ ਲਓ, ਜਾਇਦਾਦਾਂ ਖਰੀਦ ਲਓ, ਸੁੱਖਾਂ ਵਾਸਤੇ ਸਾਰਾ ਕੁਝ ਜੋੜੀਦਾ ਹੈ। ਪਰ ਟਾਈਮ ਐਸਾ ਆ ਜਾਂਦਾ ਹੈ ਪਿਆਰਿਓ, ਉਹ ਸੁੱਖ ਦੁੱਖਾਂ ਵਿੱਚ ਬਦਲ ਜਾਂਦੇ ਹਨ। ਬੰਦਾ ਰੋਂਦਾ ਹੈ, ਕਿਸੇ ਨੂੰ ਦੱਸਦਾ ਵੀ ਨਹੀਂ। ਮਹਾਰਾਜ ਕਹਿੰਦੇ ਹਨ, ਸੁੱਖ ਵੇਲੇ ਸਾਰੇ ਸੰਗੀ ਹਨ। ਸੁੱਖ ਮੈਂ ਬਹੁ ਸੰਗੀ ਪਏ, ਉਹ ਮੇਰਾ ਹੈ, ਉਹ ਮੇਰਾ ਹੈ। ਬੜੇ ਸੰਗੀ ਹੁੰਦੇ ਨੇ ਸਾਰੀ ਸਾਰੀ ਦਿਹਾੜੀ, ਟੈਲੀਫੋਨ ਨਹੀਂ ਮੁੱਕਦਾ। ਜਦੋਂ ਸੱਠਾਂ ਸੱਤਰਾਂ ਤੋਂ ਉੱਤੇ ਚਲਾ ਜਾਵੇ, ਸਾਰਾ ਸਾਰਾ ਦਿਨ ਕੋਈ ਟੈਲੀਫੋਨ ਆਉਂਦਾ ਹੀ ਨਹੀਂ, ਕਿਉਂਕਿ ਉਹਨਾਂ ਦੇ ਕੰਮ ਦਾ ਨਹੀਂ ਰਹਿ ਜਾਂਦਾ। ਪਿਆ ਰਹਿੰਦਾ ਪਰ ਵੱਜਦਾ ਨਹੀਂ, ਕਿਉਂਕਿ ਜਿਹੜੇ ਨਾਲ ਜੁੜੇ ਹੋਏ ਸੀ ਉਹ ਹੁਣ ਅਵੇ ਹੋ ਗਏ ਹਨ, ਦੂਰ ਹੋ ਗਏ ਹਨ, ਬੰਦਾ ਬੁੱਢਾ ਹੋ ਗਿਆ। ਸੁੱਖ ਕੀਤੇ ਦੁੱਖ ਹੋਈ, ਤੇ ਗੁਰਬਾਣੀ ਸਮਝਾਉਂਦੀ ਹੈ ਸੁੱਖ ਵੇਲੇ ਵੀ ਯਾਦ ਰੱਖਿਆ ਕਰ। ਵਾਹਿਗੁਰੂ ਜੀ ਤੇਰੇ ਨਾਲ ਹੋਣਗੇ, ਅਕਾਲ ਪੁਰਖ ਤੇਰੇ ਨਾਲ ਹੋਣਗੇ। ਜਦੋਂ ਸਾਹ ਆਉਣਗੇ ਸਮਝ ਲਵੀ ਉਹ ਤੇਰੇ ਨਾਲ ਹੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਤੇ ਜਦੋਂ ਸਾਹ ਚਲੇ ਗਏ ਸਮਝੀ ਮੇਰੇ ਸਤਿਗੁਰੂ ਮੇਰੇ ਤੋਂ ਵਿਛੜ ਗਏ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਹੁਣ ਇਹ ਕੁਸਚਨ ਬਣ ਜਾਂਦਾ ਕਿੱਥੇ ਹੈ ਉਹ? ਸਾਹਾਂ ਦੇ ਵਿੱਚ ਹੈ, ਉਹ ਸਾਹ ਕਨੈਕਟਡ ਹਨ ਅਕਾਲ ਪੁਰਖ ਜੀ ਦੇ ਦਰ ਨਾਲ। ਨਾਨਕ ਦੁਨੀਆ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਈ। ਗੱਲਾਂ ਵਾਲੇ ਹੈਣ ਕਰੇਰੇ, ਹੈਣ ਕਢੇਰੇ, ਸਾਰੇ ਕਹਿੰਦੇ ਨੇ ਛੱਡ ਜਾਣੀ ਦੁਨੀਆ, ਕੀ ਨਾਲ ਲੈ ਜਾਣਾ, ਕੀ ਨਾਲ ਲੈ ਜਾਣਾ। ਕਹਿਣ ਜੋਗੇ ਨੇ ਪਰ ਛੱਡਦੇ ਨੇ, ਆਖੋ ਸਤਨਾਮ ਸੇ। ਗੱਲਾਂ ਵਾਲੇ ਹੈਣ ਕਢੇਰੇ, ਭਾਵ ਬਹੁਤ ਜ਼ਿਆਦਾ ਲੋਕ ਕਹਿੰਦੇ ਨੇ ਕੀ ਨਾਲ ਲੈ ਜਾਣਾ, ਪਰ ਲਪੇਟਾ ਵੀ ਮਾਰਿਆ ਹੋਇਆ ਹੈ। ਜਿਵੇਂ ਸੱਪਾਂ ਨੇ ਚੰਦਨ ਨੂੰ ਲਪੇਟਾ ਮਾਰਿਆ ਹੋਇਆ ਹੈ, ਬੰਦੇ ਨੇ ਪੈਸੇ ਨੂੰ ਲਪੇਟਾ ਮਾਰਿਆ ਹੋਇਆ ਹੈ, ਮਾਇਆ ਨੂੰ ਲਪੇਟਾ ਮਾਰਿਆ ਹੋਇਆ ਹੈ, ਧੀਆਂ ਪੁੱਤਰਾਂ ਨੂੰ ਲਪੇਟਾ ਮਾਰਿਆ ਹੋਇਆ ਹੈ। ਕੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲ। ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਏ। ਜੇ ਲਾਉਂਦਾ ਵੀ ਹੈ ਚਿੱਤ, ਲਾ ਚਿੱਤ ਪਿਆਰ ਕਰ ਇਹਨਾਂ ਨੂੰ, ਪਰ ਐਸਾ ਕੰਮ ਮੋਲੇ ਨਾ ਕੀਚੈ। ਜੇ ਤੰਤ ਪੁੱਛੋ ਤਾਈਏ, ਉਹ ਕੰਮ ਨਾ ਕਰੀ ਜਿਹਦਾ ਫਲ ਤੇਰੀ ਔਲਾਦ ਨੂੰ ਭੋਗਣਾ ਪਵੇ। ਤੂੰ ਤੇ ਚਲਾ ਜਾਵੇਂਗਾ, ਪਿੱਛੇ ਔਲਾਦ ਭੋਗੇਗੀ, ਤੂੰ ਦੇਖ ਨਾ ਸਕੇਂਗਾ। ਐਸਾ ਕੰਮ ਮੁੱਲੇ ਨਾ ਟੀਚੇ, ਐਸਾ ਕੰਮ ਮੁੱਲੇ ਨਾ ਟੀਚੇ, ਜਿੱਤ ਅੰਤ ਪਛੋਤਾਈ ਹੈ। ਨਾਨਕ ਦੁਨੀਆ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਈ। ਗੱਲਾਂ ਵਾਲੇ ਹੈਣ ਕਨੇਰੇ,
छड़ न सके कोई इन्हां विच रहिंदियां जपदे रहना है। वाहिगुरु वाहिगुरु सतनाम वाहिगुरु वाहिगुरु सतनाम। चार दिन का मेला है ये दुनिया मेला, दस्तगीरी ना है किसी की मलकियत नहीं, तमाशा है, तमाशा सारे देखते हैं, कोई वेखता रहता है, कोई वेख के चला जाता। अनु गुरु गोबिंद सिंह सच्चे पातशाह जी तमाशा देख के आप अंगीठा तान के चले गए, सानू कह गए मैं अकाल पुरख जी का दास हां, सेवक हां, वो दास ही बन के रहे ने, सगल द्वार को छाड़ के उन्होंने सतगुरां दा दर ही फड़ के रखिया है। अकाल पुरख जी का सगल द्वार को छाड़ के गहो तुहारो द्वार अकाल पुरख जी के चरणों च बेनती करते ने, असं तो तुहाडे ही चरण फड़े हुए हैं। बाहीं गहे की लागे अस गोबिंद दास तुहार, मैनू परमेश्वर नहीं आखना, जड़ा कवेगा वो नरकां जावेगा। परमेश्वर वो हैं अकाल पुरख, असी तां गुरु हां सिख्या देने वाले, जिवें स्कूलां विच यूनिवर्सिटियां विच मास्टर होंदे हन, तिवें टेंथ मास्टर हन धन गुरु गोबिंद सिंह साहिब जी, गुरु हन उन्हां नूं याद करन वास्ते सिखाते हैं कि सानू परमेश्वर नहीं कहना, नहीं तो जाओगे नरक। जो हमको परमेश्वर उचरे, जो हमको धन गुरु गोबिंद सिंह महाराज जी से, जो हमको परमेश्वर उचरे, सब नरक कुंड में पर। ते महाराज तुसी कौन हो, जे संगत पूछ रही है सतगुरु जी फिर तुसी कौन हो, ते तन गुरु गोबिंद सिंह महाराज जी से, मैं हूं परम पुरख को दासा, मैं दास हां, सर्वंत हां, सेवक हां, अकाल पुरख जी का, वाहेगुरु जी का। मैं हूं परम पुरख को दासा, देखने आयो जगत तमाशा, अगड़ा तमाशा लगा होया दुनिया का, मैं ते देखन आया हां, देखन आयो जगत तमाशा, जपो वाहिगुरु वाहिगुरु। धन गुरु गोबिंद सिंह साहिब, धन गुरु गोबिंद सिंह साहिब,
सतनाम 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 वाहेगुरु 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 जी का खालसा वाहेगुरु जी की फतेह।